ਦੋਸਤੋ ਰਾਸ਼ਨ ਕਾਰਡ ਅਪਲਾਈ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਦੋਸਤੋ ਰਾਸ਼ਨ ਕਾਰਡ ਦੇ ਰਿਲੇਟਡ ਤੁਹਾਡੇ ਜਿੰਨੇ ਵੀ ਸਵਾਲ ਹਨ ਅੱਜ ਉਹਨਾਂ ਦੇ ਹੱਲ ਲੈ ਕੇ ਹਾਜ਼ਰ ਹੋਇਆ ਹਾਂ। ਦੋਸਤੋ ਜਿਵੇਂ ਕਿ ਤੁਹਾਡਾ ਨਵਾਂ ਰਾਸ਼ਨ ਕਾਰਡ ਅਪਲਾਈ ਕਰਨ ਵਾਲਾ ਹੈ, ਜਾਂ ਫਿਰ ਤੁਸੀਂ ਆਪਣੇ ਰਾਸ਼ਨ ਕਾਰਡ ਦੇ ਵਿੱਚੋਂ ਮੈਂਬਰ ਡਿਲੀਟ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਆਪਣੇ ਪੁਰਾਣੇ ਰਾਸ਼ਨ ਕਾਰਡ ਦੇ ਵਿੱਚ ਆਪਣੇ ਨਵੇਂ ਮੈਂਬਰ ਐਡ ਕਰਨਾ ਚਾਹੁੰਦੇ ਹੋ, ਇਹ ਦੋਸਤੋ ਸਭ ਲਈ ਅਪਡੇਟ ਲੈ ਕੇ ਹਾਜ਼ਰ ਹੋਇਆ ਹਾਂ। ਤਾਂ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਦੋਸਤੋ ਤੁਸੀਂ ਵੀ ਇਦਾਂ ਦੀ ਅਪਡੇਟ ਲੈਣਾ ਚਾਹੁੰਦੇ ਹੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਦੋਸਤੋ ਬੈਲ ਆਈਕਨ ਵੀ ਪ੍ਰੈਸ ਕਰ ਲਿਆ ਕਰੋ, ਤਾਂ ਜੋ ਦੋਸਤੋ ਇਦਾਂ ਦੀ ਕੋਈ ਵੀ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇ। ਦੋਸਤੋ ਇਹ ਅਪਡੇਟ ਪੰਜਾਬ ਦੇ ਹਰੇਕ ਨਿਵਾਸੀ ਲਈ ਹੈ, ਦੋਸਤੋ ਪੰਜਾਬ ਦੇ ਵਿੱਚ ਰਹਿੰਦਾ ਹੈ। ਤਾਂ ਦੋਸਤੋ ਜੇਕਰ ਤੁਸੀਂ ਵੀ ਆਪਣਾ ਰਾਸ਼ਨ ਕਾਰਡ ਨਵਾਂ ਬਣਾਉਣਾ ਹੈ, ਜਾਂ ਫਿਰ ਦੋਸਤੋ ਉਸ ਦੇ ਵਿੱਚ ਤੁਸੀਂ ਆਪਣੇ ਮੈਂਬਰ ਐਡ ਕਰਨਾ ਚਾਹੁੰਦੇ ਹੋ, ਜਾਂ ਫਿਰ ਦੋਸਤੋ ਉਸ ਦੇ ਵਿੱਚ ਤੁਸੀਂ ਆਪਣੇ ਮੈਂਬਰ ਡਿਲੀਟ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਟਾਈਮ ਬਹੁਤ ਹੀ ਘੱਟ ਹੈ। ਤੁਸੀਂ ਆਪਣੇ ਸਾਰੇ ਮੈਂਬਰ ਦੇ ਆਧਾਰ ਕਾਰਡ ਲੈ ਕੇ ਆਪਣੇ ਡੀਪੂ ਹੋਲਡਰ ਦੇ ਕੋਲ ਚਲੇ ਜਾਓ। ਦੋਸਤੋ ਜਿਨ੍ਹਾਂ ਨੇ ਆਪਣਾ ਓਲਡ ਦੇ ਵਿੱਚ ਰਾਸ਼ਨ ਕਾਰਡ ਅਪਲਾਈ ਕੀਤਾ ਸੀ, ਸਾਰਾ ਸਿਸਟਮ ਅਪਡੇਟ ਹੋ ਚੁੱਕਿਆ ਹੈ। ਸਾਈਟ ਤੇ ਜਿਨ੍ਹਾਂ ਦਾ ਰਾਸ਼ਨ ਕਾਰਡ ਅਪਲਾਈ ਹੋਇਆ ਹੋਇਆ ਹੈ ਲੇਕਿਨ ਅਪਰੂਵਲ ਨਹੀਂ ਹੋ ਰਿਹਾ, ਦੋਸਤੋ ਹੁਣ ਸਾਰਾ ਸਿਸਟਮ ਅਪਡੇਟ ਕਰ ਦਿੱਤਾ ਗਿਆ ਹੈ। ਡੀਪੂ ਹੋਲਡਰ ਦੇ ਕੋਲ ਦੋਸਤੋ ਕੱਲ ਤੋਂ ਹੀ ਰਾਸ਼ਨ ਕਾਰਡ ਅਪਲਾਈ ਹੋਣੇ ਸਟਾਰਟ ਹੋ ਚੁੱਕੇ ਹਨ। ਦੋਸਤੋ ਤੁਹਾਡਾ ਇੱਕ ਹਫਤੇ ਦੇ ਵਿੱਚ ਰਾਸ਼ਨ ਕਾਰਡ ਬਣ ਜਾਏਗਾ। ਸਿਰਫ ਦੋਸਤੋ ਤੁਸੀਂ ਆਪਣੇ ਆਧਾਰ ਕਾਰਡ ਜਿਹੜੇ ਕਿ ਮੈਂਬਰ ਹਨ ਉਹਨਾਂ ਦੇ ਦੇਣੇ ਹਨ, ਚਾਹੇ ਤੁਹਾਡਾ ਛੋਟਾ ਬੱਚਾ ਹੈ, ਚਾਹੇ ਵੱਡਾ ਪਰਸਨ ਹੈ, ਚਾਹੇ ਦੋਸਤੋ ਤੁਸੀਂ ਆਪਣੇ ਮੈਂਬਰ ਡਿਲੀਟ ਕਰਾਉਣੇ ਹਨ, ਐਡ ਕਰਾਉਣੇ ਹਨ, ਤੁਸੀਂ ਸਿਰਫ ਆਪਣੇ ਰਾਸ਼ਨ ਕਾਰਡ ਦੇ ਲਈ ਆਧਾਰ ਕਾਰਡ ਦੇਣੇ ਹਨ, ਡੀਪੂ ਹੋਲਡਰ ਕੋਲ ਚਲੇ ਜਾਓ। ਡੀਪੂ ਹੋਲਡਰ ਤੁਹਾਡੇ ਪਿੰਡ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਬਹੁਤ ਹੀ ਟਾਈਮ ਘੱਟ ਹੈ, ਜਿਨ੍ਹਾਂ ਨੇ ਦੋਸਤੋ ਅਜੇ ਤੱਕ ਰਾਸ਼ਨ ਕਾਰਡ ਅਪਲਾਈ ਨਹੀਂ ਕੀਤਾ, ਸਾਰੇ ਸਾਥੀ ਚਲੇ ਜਾਣ, ਬਹੁਤ ਹੀ ਵਧੀਆ, ਤੁਹਾਡੇ ਲਈ ਗੁੱਡ ਨਿਊਜ਼ ਹੈ ਅੱਜ ਦੀ। ਤਾਂ ਦੋਸਤੋ ਸਾਰੇ ਜਣੇ ਚਲੇ ਜਾਣ, ਜਿਨ੍ਹਾਂ ਦਾ ਰਾਸ਼ਨ ਕਾਰਡ ਪੈਂਡਿੰਗ ਹੈ ਜਾਂ ਫਿਰ ਬਹੁਤ ਦਿਨਾਂ ਤੋਂ ਬਣ ਨਹੀਂ ਰਿਹਾ, ਤਾਂ ਦੋਸਤੋ ਸਾਰੇ ਜਣੇ ਤੁਹਾਨੂੰ ਇੱਥੇ ਅਪਡੇਟ ਦੇ ਰਿਹਾ ਹਾਂ ਕਿ ਤੁਸੀਂ ਸਾਰੇ ਜਣੇ ਚਲੇ ਜਾਓ। ਤਾਂ ਦੋਸਤੋ ਜਿਨ੍ਹਾਂ ਨੇ ਰਾਸ਼ਨ ਕਾਰਡ ਅਪਲਾਈ ਨਹੀਂ ਕੀਤਾ ਉਹਨਾਂ ਦੇ ਕੋਲ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ, ਤਾਂ ਜੋ ਦੋਸਤੋ ਇਦਾਂ ਦੀ ਕੋਈ ਵੀ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਮਿਲ ਜਾਵੇ। ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖਿਆ ਕਰੋ, ਇਦਾਂ ਦੀ ਕੋਈ ਵੀ ਅਪਡੇਟ ਹੋਏਗੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਏਗੀ। ਜਿਨ੍ਹਾਂ ਨੇ ਆਪਣਾ ਰਾਸ਼ਨ ਕਾਰਡ ਫੋਟੋ ਵਾਲਾ ਡਾਊਨਲੋਡ ਕਰਨਾ ਹੈ ਉਹ ਵੀਡੀਓ ਤੁਹਾਨੂੰ ਥੱਲੇ ਮਿਲ ਜਾਏਗੀ, ਅਪਲੋਡ ਆਪਾਂ ਕੀਤੀ ਹੋਈ ਹੈ ਸੁਬਾਹ ਦੀ, ਉਹ ਵੀਡੀਓ ਵਾਚ ਕਰਕੇ ਤੁਸੀਂ ਆਪਣਾ ਫੋਟੋ ਵਾਲਾ ਰਾਸ਼ਨ ਕਾਰਡ ਡਾਊਨਲੋਡ ਕਰ ਲਓਗੇ। ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਹਾਜ਼ਰ ਹੋਵਾਂਗੇ, ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੈ ਹਿੰਦ ਦੋਸਤੋ।